ਪਰਮ ਸਰਕਾਰਯੋਗ ਸਾਧ ਸੰਗਤ ਜੀ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰ ਲਈਏ ਤੇ ਆਖੀ ਤਾਨਸਿਰੀ ਸਾਧਗੁਰੂ ਜਗਜੀਤ ਸਿੰਘ ਜੀ ਇੱਕ ਵਾਰੀ ਵਰਤਮਾਨ ਸਾਗੁਰੂ ਜੀ ਨੂੰ ਯਾਦ ਕਰੀਏ ਤੇ ਆਖੀ ਤਾਨਸਿਰੀ ਸਾਧਗੁਰੂ ਉદય ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਟਾਈਟਲ ਹੈ ਦੁੱਧ ਕਟੋਰਾ ਗੜਵੇ ਪਾਣੀ ਕਪਲ ਗਾਏ ਨਾ ਮੈਂ ਦੁਹਿਆਨੀ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰੋ ਮਨਪਤੀ ਆਏ ਪੁਰਾਣੀਆਂ ਸਾਖੀਆਂ ਪੜਿਆਂ ਪਤਾ ਲੱਗਦਾ ਹੈ ਕਿ ਭਗਤ ਨਾਮਦੇਵ ਜੀ ਨੇ ਭਗਵਾਨ ਦੇ ਪ੍ਰਤੱਖ ਦਰਸ਼ਨ ਕਰਕੇ ਉਹਨਾਂ ਨੂੰ ਦੁੱਧ ਪਿਆਇਆ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੇ ਧਰੀ ਭਗਵਾਨ ਨੇ ਉਹਨਾਂ ਦੀ ਸੱਚੀ ਸ਼ਰਧਾ ਵੇਖ ਕੇ ਪ੍ਰਤੱਖ ਦਰਸ਼ਨ ਦੇ ਕੇ ਦੁੱਧ ਪੀਤਾ ਅੱਜ ਵੀ ਭਗਵਾਨ ਉਹੀ ਹੈ ਭਗਵਾਨ ਸਾਹਿਗੁਰੂ ਜਗਜੀਤ ਸਿੰਘ ਜੀ ਕਿਸ ਤਰ੍ਹਾਂ ਇੱਕ ਬੀਬੀ ਦੀ ਪਿਆਰ ਦੀ ਡੋਰੀ ਨਾਲ ਖਿੱਚੇ ਦੁੱਧ ਪੀਣ ਵਾਸਤੇ ਆਏ ਇਹ ਸਾਖੀ ਹੈ ਹੁਸ਼ਿਆਰਪੁਰ ਰਹਿਣ ਵਾਲੇ ਇੱਕ ਬੀਬੀ ਸੇਵਾ ਕੌਰ ਸੁਪਤਨੀ ਸੰਤ ਪਿਆਰਾ ਸਿੰਘ ਜੀ ਨੇ ਆਪਣੀ ਲੋੜ ਵਾਸਤੇ ਇੱਕ ਗਊ ਰੱਖੀ ਹੋਈ ਸੀ ਇੱਕ ਦਿਨ ਉਹ ਗਊ ਦਾ ਦੁੱਧ ਚੋਅ ਕੇ ਲਿਆਏ ਤਾਂ ਬੀਰਤੀ ਸਾਧਗੁਰ ਸੱਚੇ ਪਾਤਸ਼ਾਹ ਸਾਗੁਰ ਜਗਜੀਤ ਸਿੰਘ ਜੀ ਦੇ ਚਰਣਾ ਵਿੱਚ ਜੁੜ ਗਈ। ਉਹਨਾਂ ਨੇ ਦੁੱਧ ਚੁੱਲ੍ਹੇ ਉੱਤੇ ਰੱਖਿਆ ਅਤੇ ਆਪਣੇ ਸਾਧਗੁਰ ਜੀ ਨੂੰ ਯਾਦ ਕਰਕੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਆ ਕੇ ਇਹ ਦੁੱਧ ਪਿਓ। ਨਾਲ ਹੀ ਇਹ ਸ਼ਬਦ ਪੜਿਆ ਦੁੱਧ ਪਿਓ ਮੇਰੀ ਗੋਬਿੰਦ ਰਾਇ। ਇਹ ਸ਼ਬਦ ਪੜਦਿਆਂ ਪੜਦਿਆਂ ਉਹ ਵੈਰਾਗੀ ਹੋ ਗਏ। ਉਹਨਾਂ ਨੇ ਮਨ ਵਿੱਚ ਇਹ ਪੱਕਾ ਧਾਰ ਲਿਆ ਕਿ ਮੈਂ ਇਹ ਦੁੱਧ ਜ਼ਰੂਰ ਹੀ ਸੱਚੇ ਬਾਦਸ਼ਾਹ ਜੀ ਨੂੰ ਛਕਾਉਣਾ ਹੈ ਦੁੱਧ ਨੂੰ ਉਬਾਲਾ ਆਇਆ ਤਾਂ ਉਹ ਸੋਚਣ ਲੱਗੇ ਕਿ ਮੇਰੇ ਬਾਦਸ਼ਾਹ ਜੀ ਤਾਂ ਦੁੱਧ ਠੰਡਾ ਹੀ ਛਕਦੇ ਹਨ ਸੋ ਦੁੱਧ ਨੂੰ ਠੰਡਾ ਵੀ ਕਰਨ ਲੱਗ ਪਏ ਉਹਨਾਂ ਨੇ ਸੱਚੇ ਬਾਦਸ਼ਾਹ ਜੀ ਵਾਸਤੇ ਇੱਕ ਮੰਝਾ ਰੱਖਿਆ ਹੋਇਆ ਸੀ ਉਸ ਦੇ ਅੱਗੇ ਇੱਕ ਰੱਸੀ ਬੰਨ ਛੱਡੀ ਹੋਈ ਸੀ ਤਾਂ ਕਿ ਕੋਈ ਭਲੇਖੇ ਨਾਲ ਵੀ ਇਸ ਮੰਜੀ ਤੇ ਨਾ ਬੈਠ ਜਾਵੇ ਉਹਨਾਂ ਨੇ ਉਹ ਰੱਸੀ ਖੋਲ ਕੇ ਮੰਝੇ ਉੱਤੇ ਇੱਕ ਸੋਧ ਦੀ ਚਾਦਰ ਵਿਛਾ ਦਿੱਤੀ ਕਿ ਮੇਰੇ ਪਾਸਾ ਜੀ ਜ਼ਰੂਰ ਦੁੱਧ ਪੀਣ ਲਈ ਆਉਣਗੇ ਅਤੇ ਇਸ ਚਾਦਰ ਉੱਤੇ ਬੈਠਣਗੇ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਇੱਕ ਬਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਸਿਮਰਨ ਤਾਹੀ ਬਾਰੰਬਾਰ ਗੁਰਹੇਤ ਹੈ ਉਹ ਦੁੱਧ ਠੰਡਾ ਕਰੀ ਜਾਂਦੇ ਸਨ ਨਾਲੇ ਆਪਣੇ ਗੋਬਿੰਦ ਰਾਏ ਜੀ ਨੂੰ ਯਾਦ ਕਰੀ ਜਾਂਦੇ ਸਨ ਦੂਸਰੇ ਪਾਸੇ ਅੰਤਰਜਾਮੀ ਕਟ ਕਟ ਦੀ ਜਾਣਨਹਾਰ ਸਾਗੁਰ ਜੀ ਨਵਾਂ ਸ਼ਹਿਰ ਵਿੱਚ ਕਾਰ ਦੇ ਕਿਸੇ ਕੰਮ ਲਈ ਪਹੁੰਚੇ ਹੋਏ ਸਨ ਉਹਨਾਂ ਨੇ ਗੁਰਮਖ ਡਰਾਈਵਰ ਨੂੰ ਹੁਕਮ ਕੀਤਾ ਕਿ ਤੂੰ ਕਾਰ ਦਾ ਕੰਮ ਕਰਾ ਲੈ ਅਤੇ ਅਸੀਂ ਟੈਕਸੀ ਲੈ ਕੇ ਹੁਸ਼ਿਆਰਪੁਰ ਹੋ ਕੇ ਆਉਂਦੇ ਹਾਂ ਹੁਸ਼ਿਆਰਪੁਰ ਪਹੁੰਚ ਕੇ ਬੀਬੀ ਜੀ ਦੇ ਘਰ ਦੇ ਅੱਗੇ ਟੈਕਸੀ ਖੜੀ ਕਰਕੇ ਇੱਕ ਸਿੱਖ ਨੂੰ ਅੰਦਰ ਭੇਜਿਆ ਕਿ ਜਾ ਵੇਖਿਆ ਕਿ ਮਸਤਾਨੀ ਕੀ ਕਰਦੀ ਪਈ ਹੈ ਉਹ ਆਪ ਬਾਹਰ ਹੀ ਖੜੇ ਹੋ ਗਏ ਸਚੇ ਬਾਸ਼ਾ ਜੀ ਬਾਹਰ ਹੀ ਖੜੇ ਹੋਗੇ ਜਦੋਂ ਉਹ ਸਿੱਖ ਅੰਦਰ ਚਲਾ ਗਿਆ ਤਾਂ ਹੌਲੀ-ਹੌਲੀ ਜਿਹੀ ਅੰਦਰ ਜਾ ਕੇ ਉਸ ਮੰਝੇ ਉੱਤੇ ਸਚੇ ਬਾਸ਼ਾ ਜੀ ਬੈਠ ਗਏ ਉਸ ਵੇਲੇ ਬੀਬੀ ਜੀ ਦਾ ਤੇ ਉਸ ਸਿੱਖ ਦਾ ਬਾਹਰ ਦੇ ਦਰਵਾਜ਼ੇ ਵੱਲ ਪਿੱਛਾ ਸੀ ਬੀਬੀ ਜੀ ਉਸ ਵਕਤ ਇਹ ਸ਼ਬਦ ਪੜ ਰਹੇ ਸਨ ਮਿਲ ਮੇਰੀ ਪ੍ਰੀਤਮਾ ਜੀਓ ਤੁਧਵੀਨ ਖਰੀ ਨਿਮਾਣੀ ਉਹਨਾਂ ਨੂੰ ਸਾਗੁਰ ਜੀ ਦੇ ਅੰਦਰ ਆਉਣ ਦਾ ਪਤਾ ਹੀ ਨਹੀਂ ਲੱਗਾ ਉਹ ਸਿੱਖ ਨੇ ਬੀਬੀ ਜੀ ਨੂੰ ਕਿਹਾ ਕਿ ਚਲੋ ਤੁਹਾਨੂੰ ਸਾਗੁਰ ਜੀ ਦੇ ਦਰਸ਼ਨ ਕਰਾਵਾਂ ਬੀਬੀ ਜੀ ਤਾਂ ਮਸਤਾਨੇ ਹੀ ਹੋ ਗਏ ਅੱਧੇ ਝਟਪੜ ਬਾਹਰ ਆਏ ਅਗੋ ਸਾਗੁਰ ਜੀ ਦੇ ਦਰਸ਼ਨ ਨਾ ਹੋਏ ਸਾਗੁਰ ਜੀ ਬਾਹਰ ਸੀਗੇ ਹੀ ਨਹੀਂ ਉਹ ਸਿੱਖ ਬੜਾ ਹੈਰਾਨ ਹੋਇਆ ਕਿ ਸਾਗੁਰ ਜੀ ਕਿੱਥੇ ਗਏ ਹੋਣੀ ਤੇ ਇੱਥੇ ਖੜੇ ਸਨ ਬੀਬੀ ਜੀ ਰੋਂਦੇ ਰੋਂਦੇ ਅੰਦਰ ਆ ਗਏ ਅੰਦਰ ਆ ਕੇ ਵੇਖਿਆ ਕਿ ਸਾਗੁਰ ਜੀ ਚੌਂਕੜਾ ਮਾਰੀ ਮੰਜੇ ਤੇ ਬੈਠੇ ਹੋਏ ਸਨ बीबी जी दर्शन करके गद गद हो गए सचे पातशाह जी ने पूछा कि मस्तानी दस की कहती हैं बीबी जी ने अर्ज की दूध पियो मेरे गोबिंद राया सच्चे पातशाह जी ने बचन किया कि लिया असी दुध पीण वास्ते ही आए हाँ सागर जी दुध पी के बीबी जी की इच्छा पूरी करके खुशियां देके वापस नवा शहर में चले गए धन धन हाँ अंतर जामी इच्छा पूरक गरीब निवाज श्री सतगुरु जगजीत सिंह जी साढ़े उन्होंने चरणा कोटी कोटी नमस्कार है धन श्री सतगुरु जगजीत सिंह जी